ਸ਼ਰਾਬ ਕਾਰੋਵਾਰੀ ਵਿਜੇ ਮਾਲਿਆ ਦੇ ਦੇਸ਼ ਛੱਡਣ ਦੇ ਮਸਲੇ ਤੇ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਕੱਸਿਆ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਜਦੋਂ ਸੀਬੀਆਈ ਸਿੱਧੇ ਪ੍ਰਧਾਨ ਮੰਤਰੀ ਮੋਦੀ ਨੂੰ ਰਿਪੋਰਟ ਕਰਦੀ ਹੈ ਤਾਂ ਮਾਲਿਆ ਨੂੰ ਦੇਸ਼ ਛੱਡ ਕੇ ਜਾਣ ਦੀ ਇਜਾਜ਼ਤ ਕਿਸ ਤਰ੍ਹਾਂ ਮਿਲ ਗਈ ਤਾਨੁਦਾਦੀ ਹੈ ਕਿ ਬੀਤੇ ਦਿਨ ED ਨੇ ਮਾਲਿਆ ਤੇ ਸ਼ਿਕੰਜਾ ਕੱਸਦਿਆਂ 18 ਮਾਰਚ ਤੱਕ ਮੁੰਬਈ ਦਫ਼ਤਰ ਪਹੁੰਚਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਲਈ ਕਿੰਗ ਫਿਸ਼ਰ 에ਅਰਲਾਈਨਸ ਦੇ ਅੱਧਾ ਦਰਜੋਂ ਤੋਂ ਵੱਧ ਅਧਿਕਾਰੀਆਂ ਨੂੰ ਵੀ ਸਮਨ ਜਾਰੀ ਕੀਤੇ ਗਏ ਨੇ ਜ਼ਿਕਰ ਇਹ ਖਾਸ ਹੈ ਕਿ ਵਿਜੇ ਮਾਲਿਆ 2 ਮਾਰਚ ਨੂੰ ਦੇਸ਼ ਛੱਡ ਕੇ ਵਿਦੇਸ਼ ਚਲਾ ਗਿਆ ਸੀ ਜਿਸ ਦੇ ਸਿਰ ਵਕਵਕ ਬੈਂਕਾਂ ਦਾ ਕਰੀਬ 9000 ਕਰੋੜ ਰੁਪਏ ਦਾ ਕਰਜ਼ਾ ਹੈ ਹਾਲਾਂਕਿ ਮਾਲਿਆ ਟਵੀਟ ਕਰਕੇ ਕਹਿ ਚੁੱਕੇ ਨੇ ਕਿ ਉਹ ਪਗੋੜੇ ਨੇ